ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਇੱਕ ਵਾਰ ਇੱਕ ਨਗਰ ਦੇ ਰਾਜੇ ਦੇ ਘਰ ਚਾਰ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਉਹ ਰਾਜਾ ਜਿਹੜਾ ਸੀ ਉਹ ਬੜਾ ਸਿਆਣਾ ਸੋਝਵਾਨ ਤੇ ਬੜਾ ਜ਼ਿਆਦਾ ਦਾਨੀ ਸੀ ਜਦੋਂ ਚਾਰ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਤੇ ਹਰ ਪਾਸੇ ਉਹਦੇ ਪੁੱਤਰਾਂ ਦੀ ਖੁਸ਼ੀ ਮਨਾਏਗੀ ਜਦੋਂ ਸਮਾਂ ਲੰਘਦਾ ਗਿਆ ਪੁੱਤਰ ਜਵਾਨ ਹੋਏ ਤਾ ਰਾਜੇ ਨੇ ਉਹਨਾਂ ਨੂੰ ਵੀ ਆਪਣੇ ਨਗਰ ਦਾ ਆਪਣੇ ਦੇਸ਼ ਦਾ ਕਾਰਜ-ਪਾਰ ਸੰਭਾਲਣ ਲਈ ਦਿੱਤਾ ਵੱਖ-ਵੱਖ ਨੂੰ ਵੱਖ-ਵੱਖ ਡਿਊਟੀ ਦਿੱਤੀ ਇੱਕ ਦਿਨ ਸਭ ਤੋਂ ਵੱਡੇ ਪੁੱਤ ਨੂੰ ਕਿਹਾ ਵੀ ਤੂੰ ਜਾ ਆਪਣੇ ਪੂਰੇ ਦੇਸ਼ ਵਿੱਚ ਤੂੰ ਘੇੜਾ ਮਾਰ ਕੇ ਆ ਵੀ ਕਿਤੇ ਕੋਈ ਕਿਸੇ ਤਰ੍ਹਾਂ ਦੀ ਖਰਾਬੀ ਤੇ ਨਹੀਂ ਤੂੰ ਸਾਰੀ ਸੂਚਨਾ ਲੈ ਕੇ ਜਦੋਂ ਉਹ ਜਾਂਦਾ ਹੁੰਦਾ ਘੋੜੇ ਤੇ ਕੁਛ ਦੌਰੀ ਤੇ ਜਾ ਕੇ ਉਹਦਾ ਘੋੜਾ ਵੀ ਥੱਕ ਜਾਂਦਾ ਇੰਨੇ ਨੂੰ ਅੱਗੇ ਇੱਕ ਸਾਧੂ ਜੀ ਦੇਖਦੇ ਨੇ ਉਹ ਸਾਧੂ ਜੀ ਨੂੰ ਜਦੋਂ ਮੱਥਾ ਟੇਕਦਾ ਹੈ ਤੇ ਇੱਕ ਸਾਈਡ ਤੇ ਸਾਧੂ ਜੀ ਦੇ ਤਿੰਨ ਘੋੜੇ ਬੰਨੇ ਹੁੰਦੇ ਨੇ ਉਹ ਹਵਾ ਪਾਣੀ ਅਤੇ ਧਰਤੀ ਤੇ ਤਿੰਨੋਂ ਧਾਵਾਂ ਤੇ ਚੱਲਣ ਦੇ ਸਮਰੱਥ ਹੁੰਦੇ ਨੇ ਉਹ ਵੇਖਣ ਵਿੱਚ ਵੀ ਬਹੁਤ ਸੋਹਣੇ ਹੁੰਦੇ ਨੇ ਉਹ ਦੂਸਰੇ ਘੋੜਿਆਂ ਨਾਲ ਵੱਖ ਹੁੰਦੇ ਨੇ ਉਹਨਾਂ ਦੇ ਖੰਭ ਵੀ ਹੁੰਦੇ ਨੇ ਤੇ ਐਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਹੁਣੇ ਅਸਮਾਨ ਤੋਂ ਉਤਰ ਕੇ ਆਏ ਹੋਣ ਉਹਨਾਂ ਨੂੰ ਨਮਸਕਾਰ ਕਰਕੇ ਤੇ ਕਹਿੰਦਾ ਜੀ ਮੈਂ ਫਲਾਣੀ ਦੇਸ਼ ਦਾ ਰਾਜੇ ਦਾ ਪੁੱਤ ਮੈਂ ਆਪਣੇ ਦੇਸ਼ ਦਾ ਚਾਰੇ ਪਾਸੇ ਵੇਖਣ ਆਇਆ ਵੀ ਇੱਥੇ ਅਮਨ ਸ਼ਾਂਤੀ ਤੇ ਹੈ ਪਰ ਮੇਰਾ ਕੋੜਾ ਥੱਕਿਆ ਤਾਂ ਸੰਤ ਜੀ ਕਹਿੰਦੇ ਵੀ ਮੇਰੇ ਕੋਲੇ ਕੋੜੇ ਨੇ ਨਾ ਇਹ ਹਵਾ ਪਾਣੀ ਤੇ ਧਰਤ ਤਿੰਨਾਂ ਚੀਜ਼ਾਂ ਤੇ ਚੱਲ ਸਕਦੇ ਨੇ ਜੇਕਰ ਤੂੰ ਉਹਨੂੰ ਲੈਣਾ ਚਾਹਵੇਂ ਤਾਂ ਲੈ ਸਕਦਾ ਤੇ ਇਹਦੇ ਨਾਲ ਤੂੰ ਹਰ ਪਾਸੇ ਤੋਂ ਜੋ ਹੈ ਤੂੰ ਆਪਣੇ ਘੁੰਮ ਕੇ ਤੇ ਇੱਥੇ ਆ ਜੀ ਪਰ ਤੂੰ ਇੱਕ ਗੱਲ ਯਾਦ ਰੱਖੀ ਤੂੰ ਰਸਤੇ 'ਚ ਜੋ ਵੀ ਚੀਜ਼ ਵੇਖੇਂਗਾ ਨਾ ਉਹ ਆ ਕੇ ਤੂੰ ਮੈਨੂੰ ਦੱਸਣੀ ਤੇ ਉਹਦਾ ਨਾਲ ਅਰਥ ਵੀ ਸਮਝਾਉਣਾ ਕਿੰਦਾ ਠੀਕ ਹੈ ਕਿੰਦੇ ਵੀ ਜੇ ਅਰਥ ਨਾ ਨਾ ਮੈਨੂੰ ਸਮਝਾ ਸਕਿਆ ਤੂੰ ਤੂੰ ਉਸੇ ਪਾਲਕ ਉਸੇ ਛਣ ਜੁ ਹੈ ਤੂੰ ਇੱਕ ਬੇਜਾਨ ਪੁਤਲਾ ਹੋ ਜਾਏਗਾ ਕਿੰਦਾ ਕੋਈ ਨਾ ਸੰਤ ਜੀ ਰਸਤੇ ਚ ਜੋ ਦੇਖਾਂਗਾ ਆ ਕੇ ਦੱਸਾਂਗਾ ਉਹਨਾਂ ਦਾ ਇੱਕ ਕੋੜਾ ਲੈ ਕੇ ਤੇ ਉਹਨਾਂ ਦਾ ਵੱਡਾ ਪੁੱਤ ਜਾਣ ਲੱਗਦਾ ਜਦੋਂ ਜਾਂਦਾ ਹੁੰਦਾ ਤਾਂ ਦੇਖਦਾ ਹੈ ਵੀ ਇੱਕ ਖੇਤ ਨਾ ਬੜਾ ਪਿਆਰਾ ਹੁੰਦਾ ਉਹਦੇ ਚਾਰੇ ਪਾਸੇ ਉਹਨਾਂ ਤਾਰਾਂ ਲਾ ਲਾ ਕੇ ਤੇ ਉਹਦੇ ਵਿੱਚ ਤਾਂਬੇ ਗੱਡੇ ਹੁੰਦੇ ਨੇ ਬਾਵ ਵਾਰਡ ਕੀਤੀ ਹੁੰਦੀ ਏ ਤੇ ਬੜਾ ਸੋਹਣਾ ਹੁੰਦਾ ਹੈ ਹੋਂ ਚਾਰੇ ਪਾਸੇ ਜਦੋਂ ਘੁੰਮ ਕੇ ਸ਼ਾਮ ਹੋ ਗਈ ਹੁੰਦੀ ਹੈ ਹੁਣ ਇਹ ਹੁੰਦਾ ਹੈ ਵੀ ਛੇਛੇ ਦੀ ਘਰ ਜਾਵਾਂ ਤੇ ਸਾਧੂ ਜੀ ਨੂੰ ਉਹਨਾਂ ਦਾ ਘੋੜਾ ਵੀ ਦੇ ਜਾਵਾਂਗਾ ਜਾਂਦੇ ਹੋਏ ਜਦੋਂ ਆਉਂਦੇ ਹੋਏ ਦੇਖਦਾ ਹੈ ਤੇ ਉਹ ਖੇਤ ਜਿਹੜੀ ਵਾੜ ਹੈ ਨਾ ਭਾਵ ਜਿਹੜੇ ਉਹਦੇ ਵਿੱਚ ਉਹਨਾਂ ਟੰਬੇ ਕੱਢੇ ਹੋਏ ਸੀ ਤੇ ਉਹ ਕੀ ਕਰਦੇ ਆ ਵੀ ਉਹਨਾਂ ਪਸ਼ੂਆਂ ਦਾ ਰੂਪ ਧਾਰ ਲੈਂਦੇ ਆ ਤੇ ਸਾਰੇ ਜਿੰਨਾ ਖੇਤ ਤੇ ਫਸਲ ਲੱਗੀ ਸੀ ਨਾ ਸਾਰੀ ਖਾ ਜਾਂਦੇ ਤੇ ਆ ਕੇ ਤੇ ਸੰਤ ਜੀ ਕੋਲ ਉਹ ਆ ਜਾਂਦਾ ਉੱਥੇ ਘੋੜਾ ਥੱਲੇ ਜਦੋਂ ਉਤਾਰਦਾ ਹੈ ਤੇ ਕਹਿੰਦਾ ਸੰਤ ਜੀ ਆਲੂ ਤੜ ਡਾ ਘੋੜਾ ਸੰਤ ਜੀ ਕਹਿੰਦੇ ਵੀ ਕੋਣਾ ਤਾਂ ਠੀਕ ਹੈ ਜਦੋਂ ਜਾਣ ਲੱਗਿਆ ਸੀ ਤੇ ਆਪਣੀ ਇੱਕ ਤੂੰ ਮੈਨੂੰ ਇੱਕ ਵਾਦਾ ਕੀਤਾ ਸੀ ਤੇ ਉਹ ਵਾਦੇ ਮੁਤਾਬਿਕ ਦੱਸ ਤੂੰ ਕੀ ਕੀ ਦੇਖਿਆ ਕਿੰਦਾ ਸੰਤ ਜੀ ਸਾਰੇ ਪਾਸੇ ਅਮਨ ਸ਼ਾਂਤੀ ਸੀ ਬਸ ਇੱਕ ਗੱਲ ਜਾਂਦਿਆਂ ਦੇਖਿਆ ਮੇਕਾ ਖੇਤ ਨਾ ਫਸਲ ਵੀ ਉਥੇ ਬੜੀ ਹਰੀ ਭਰੀ ਸੀ ਜਦੋਂ ਆਉਂਦਿਆ ਸੀ ਤੇ ਉਹ ਜਿਹੜਾ ਤੰਬੇ ਸਨ ਉਹ ਪਸ਼ੂਆਂ ਦਾ ਰੂਪ ਧਾਰਨ ਕਰਕੇ ਤੇ ਸਾਰੀ ਫਸਲ ਖਾ ਗਏ ਫਿਰ ਸੰਤ ਜੀ ਕਹਿੰਦੇ ਦੱਸੋ ਵੀ ਇਹ ਕੀ ਹੋਇਆ ਕਾਤੋਂ ਹੋਇਆ ਕਿੰਦੇ ਸੰਤ ਜੀ ਇਤੇ ਗੁੰਝਲਦਾਰ ਜਿਹੜਾ ਪਰਸ਼ਨ ਏ ਮੈਨੂੰ ਇਹਦਾ ਉੱਤਰ ਨਹੀਂ ਪਤਾ ਇੰਨੀ ਕੈਨ ਦੀ ਧੀਰ ਸੀ ਤੋ ਇੱਕ ਬੇਜਾਨ ਪਤਲਾ ਬਣ ਕੇ ਇੱਕ ਰੁੱਖ ਦੇ ਥੱਲੇ ਖੜ ਗਿਆ ਹੁਣ ਕੀ ਸੀ ਇੱਕ ਹਫਤਾ ਬੀਤਨ ਨੂੰ ਆਇਆ ਰਾਜੇ ਨੇ ਆਪਣੇ ਦੂਜੇ ਪੁੱਤਰ ਨੂੰ ਕਹ ਲਿਆ ਵੀ ਜਾ ਕੇ ਨਾਲ ਤੇ ਦੇਸ਼ ਦੀ ਸੁਖਸੰਦ ਪੁੱਛ ਤੇ ਨਾਲੇ ਜਿਹੜਾ ਤੇਰਾ ਭਰਾ ਗਿਆ ਤੂੰ ਉਹਦੀ ਸੁਖਸੰਦ ਪੁੱਛ ਵੀ ਉਹ ਕਿੱਥੇ ਚਲਾ ਗਿਆ ਉਹ ਵੀ ਤੁਰਦਾ ਤੁਰਦਾ ਭਾਵ ਜਦੋਂ ਘੋੜੇ ਤੇ ਆਉਂਦਾ ਤੇ ਉਹ ਸੰਤ ਜੀ ਦੇ ਕੋਲ ਹੀ ਆ ਜਾਂਦਾ ਉੱਥੇ ਜਦੋਂ ਆਉਂਦਾ ਤੇ ਕਹਿੰਦਾ ਸੰਤ ਜੀ ਇੱਥੇ ਮੇਰਾ ਭਰਾ ਤੇ ਨਹੀਂ ਆਇਆ। ਸੰਤ ਜੀ ਕਹਿੰਦੇ ਉਹ ਸਾਹਮਣੇ ਦੇਖ ਉਹ ਤੇਰਾ ਹੀ ਭਰਾ ਹੈ। ਕਹਿੰਦੇ ਹਾਂ ਇਹ ਤਾਂ ਮੇਰਾ ਹੀ ਭਰਾ ਹੈ ਇਹਨੂੰ ਕੀ ਹੋਇਆ? ਕਹਿੰਦੇ ਇੱਥੇ ਆਇਆ ਸੀ ਤੇ ਨੇ ਘੋੜੇ ਦੀ ਮੰਗ ਕੀਤੀ ਤੇ ਲੈ ਕੇ ਚਲਾ ਗਿਆ। ਪਰ ਮੇਰਾ ਵੀ ਨਾਲ ਇੱਕ ਪਰਸ਼ਨ ਸੀ ਵੀ ਜੋ ਵੀ ਤੂੰ ਰਸਤੇ 'ਚ ਦੇਖੇਂਗਾ ਉਹ ਮੈਨੂੰ ਆ ਕੇ ਦੱਸਣਾ। ਇਹਨੇ ਜਦ ਮੈਨੂੰ ਦੱਸਿਆ ਤੇ ਇਹ ਉਹਦਾ ਅਰਥ ਨਹੀਂ ਸਪਸ਼ਟ ਕਰ ਸਕਿਆ ਜਿਸ ਕਰਕੇ ਬੇਜਾਨ ਪੁਤਲਾ ਬਣ ਗਿਆ। ਉਹ ਕਹਿੰਦੇ ਵੀ ਤੂੰ ਆਪਣੇ ਜਿਹੜੇ ਭਰਾ ਦਾ ਪਰਸ਼ਨ ਹੈ ਉਹਦਾ ਉੱਤਰ ਦੇਂਗਾ। ਉਹ ਕਹਿੰਦੇ ਵੀ ਪਰਸ਼ਨ ਦੱਸੋ। ਉਹ ਕਹਿੰਦਾ ਹੈ ਵੀ ਜਿਹੜੀ ਖੇਤ ਨੂੰ ਉਹਨੇ ਵਾੜ ਲਾਈ ਸੀ ਨਾ ਉਹ ਵਾੜ ਹੀ ਖੇਤ ਨੂੰ ਖਾਈ ਜਾਂਦੀ ਸੀ ਕਹਿੰਦਾ ਸੰਤ ਜੀ ਐਵੇਂ ਤਾਂ ਨਹੀਂ ਮੈਂ ਦੱਸ ਸਕਦਾ ਤੁਸੀਂ ਮੈਨੂੰ ਆਪਣਾ ਘੋੜਾ ਦੇਵੋ ਨਾਲੇ ਮੈਂ ਦੇਸ਼ ਦੀ ਸੋਖ ਸੰਦੇਖਾ ਉਹ ਨਾ ਤੇ ਨਾਲੇ ਮੈਂ ਜੋ ਵੇਖਾਂਗਾ ਤੇ ਨਾਲੇ ਇਸ ਪਰਸ਼ਨ ਦਾ ਵੀ ਉੱਤਰ ਦੇ ਦਾਂਗਾ ਹੁਣ ਉਹ ਵੀ ਇੱਕ ਘੋੜਾ ਲੈਂਦਾ ਹੈ ਤੇ ਚਲਾ ਜਾਂਦਾ ਜਦੋਂ ਜਾਂਦਾ ਹੈ ਨਾ ਤੇ ਉਹ ਦੇਖਦਾ ਹੈ ਵੀ ਇੱਕ ਤਾਜੀ-ਤਾਜੀ ਮੱਝ ਸੁੱਈ ਹੁੰਦੀ ਉਹਦੀ ਕੱਟੀ ਖੋਜੀ ਛਣਾ ਵਿੱਚ ਖੜੀ ਹੋ ਜਾਂਦੀ ਤੇ ਜਿਹੜੀ ਮੱਝ ਹੁੰਦੀ ਹੈ ਨਾ ਉਹ ਕੱਟੀ ਦਾ ਦੁੱਧ ਪੀ ਰਹੀ ਹੁੰਦੀ ਹੌਣ ਕੀ ਹੁੰਦਾ ਵੀ ਸ਼ਾਮ ਹੋਣ ਨੂੰ ਆਈ ਹੁੰਦੀ ਹੈ ਉਹ ਕਹਿੰਦਾ ਵੀ ਮੈਂ ਹੁਣ ਮੈਨੂੰ ਪਰਸ਼ਨ ਤੇ ਕੋਈ ਆਪਣੇ ਵੀਰ ਦੇ ਜਿਹੜਾ ਪਰਸ਼ਨ ਸੀ ਉਹਦਾ ਹੱਲ ਤਾਂ ਲੱਭਿਆ ਨਹੀਂ ਚਲੋ ਸੰਤ ਜੀ ਕੋਲ ਜਾ ਕੇ ਤੇ ਉਹਨਾਂ ਨੂੰ ਦੱਸ ਦੇਣਾ ਜਦੋਂ ਉੱਥੇ ਆਉਂਦਾ ਸੰਤ ਜੀ ਨੂੰ ਨਮਸਕਾਰ ਕਰਦਾ ਤੇ ਘੋੜਾ ਵਾਪਸ ਕਰਦਾ ਸੰਤ ਜੀ ਕਹਿੰਦੇ ਵਾਅਦੇ ਅਨੁਸਾਰ ਘੋੜਾ ਤਾਂ ਵਾਪਸ ਕਰਤਾ ਪਰ ਤੂੰ ਜੋ ਦੇਖਿਆ ਉਹ ਦੱਸ ਨਾਲੇ ਆਪਣੇ ਜਿਹੜਾ ਵੱਡੇ ਭਰਾ ਦਾ ਤੂੰ ਪਰਸ਼ਨ ਸੀ ਉਹਦੇ ਬਾਰੇ ਦੱਸ ਕਿੰਦੇ ਉਹਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ ਪਰ ਸੰਤ ਜੀ ਮੈਂ ਇੰਨਾ ਵੇਖਿਆ ਇੱਕ ਤਾਜੀ-ਤਾਜੀ ਮੱਝ ਸੁੱਈ ਸੀ ਉਹਨੇ ਇੱਕ ਕੱਟੀ ਦਿੱਤੀ ਤੇ ਕੱਟੀ ਉੱਠੀਏ ਆਪਣੀ ਮਾਂ ਨੂੰ ਦੁੱਧ ਪਿਉਂਦੀ ਸੀ ਕਿੰਦੇ ਫਿਰ ਦੱਸ ਵੀ ਇਹਦੇ ਉੱਤਰ ਕੀ ਕਿੰਦੇ ਸੰਤ ਜੀ ਮੈਨੂੰ ਤਾਂ ਇਹਦਾ ਉੱਤਰ ਨਹੀਂ ਪਤਾ ਇਹ ਤਾਂ ਬੜਾ ਗੁੰਝਲਦਾਰ ਹੈ ਮੈਂ ਤੇ ਕਦੀ ਐਵੇਂ ਦੇਖਿਆ ਹੀ ਨਹੀਂ ਸੀ ਉਹ ਕੀ ਕਹਿੰਦੇ ਕਹਿਣ ਦੀ ਧੀਰ ਸੀ ਤੇ ਇੰਨੇ ਨਾਲ ਉਹ ਬੇਜਾਨ ਪੁੱਤਲਾ ਬਣ ਕੇ ਉਹ ਵੀ ਰੁੱਖ ਦੇ ਥੱਲੇ ਖੜਾ ਹੋ ਗਿਆ ਹੁਣ ਕੀ ਸੀ ਕਿੰਨੇ ਦਿਨ ਲੰਘੇ ਰਾਜੇ ਨੇ ਆਪਣੇ ਤੀਸਰੇ ਪੁੱਤਰ ਨੂੰ ਭੇਜਿਆ ਜਾ ਕੇ ਆਪਣੇ ਪਰਾਵਾਂ ਦੀ ਸੁੱਖ-ਸਾਂਦ ਪੁੱਛ ਤੇ ਨਾਲੇ ਆਪਣੇ ਪੂਰੇ ਦੇਸ਼ ਨਗਰ ਦੇ ਵਿੱਚ ਗੇੜਾ ਮਾਰ ਕੇ ਆ ਪਿਹਾਰ ਪਾਸੇ ਅਮਨ ਸ਼ਾਂਤੀ ਹੈ ਹੁਣ ਕੀ ਸੀ ਉਹ ਵੀ ਤੁਰਦਾ ਤੁਰਦਾ ਉਸ ਸੰਤ ਜੀ ਪਾਸ ਆ ਜਾਂਦਾ ਜਦੋਂ ਆਉਂਦਾ ਕਹਿੰਦਾ ਸੰਤ ਜੀ ਮੈਂ ਫਲਾਣੇ ਦੇਸ਼ ਦੇ ਰਾਜਨ ਦਾ ਪੁੱਤਾਂ ਤੇ ਦੱਸੋ ਵੀ ਮੇਰੇ ਭਰਾ ਤੇ ਨਹੀਂ ਵੇਖੇ ਇਹਨੇ ਨੂੰ ਸੰਤ ਜੀ ਉਸ ਪਾਸੇ ਇਸ਼ਾਰਾ ਕਰ ਦਿੰਦੇ ਸੰਤ ਜੀ ਕਹਿੰਦੇ ਵੀ ਇੰਨਾ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਿਸ ਕਾਰਨ ਇਹਨਾਂ ਦਾ ਇਹ ਹਾਲਤ ਹੋਈ ਉਹ ਕਿੰਦਾ ਸੰਤ ਜੀ ਵੀ ਉਹਨੂੰ ਵੀ ਸੰਤ ਜੀ ਕਹਿੰਦੇ ਵੀ ਇਹ ਕੋੜਾ ਲੈ ਤੇ ਤੂੰ ਆਸੇ-ਪਾਸੇ ਦੇਖਿਆ ਪਰ ਜੋ ਦੇਖੇਗਾ ਆ ਕੇ ਦੱਸਦੀ ਨਾਲੇ ਆਪਣੇ ਪ੍ਰਾਵਾਂ ਦੇ ਜਵਾਬ ਦੇਦੀ ਤੇ ਉਹ ਵੀ ਜਿੰਦਾ ਹੋ ਜਾਣਗੇ ਨਾਲੇ ਤੂੰ ਜਿਹੜਾ ਵੇਖ ਕੇ ਆਏਗਾ ਤੇ ਉਹਦੇ ਬਾਰੇ ਮੈਨੂੰ ਦੱਸਦੀ ਕਿੰਦਾ ਠੀਕ ਹੈ ਹੁਣ ਜਦੋਂ ਜਾਂਦਾ ਹੁੰਦਾ ਤੇ ਉਹਨੂੰ ਜਾਂਦਿਆਂ ਤਾਂ ਉਹਨੂੰ ਆਪਣੇ ਭਰਾਵਾਂ ਦੇ ਸਵਾਲਾਂ ਦੇ ਜਵਾਬ ਲੱਭਦਾ ਜਾਂਦਾ ਉਹਨੂੰ ਕੁਝ ਨਹੀਂ ਦੇਖਦਾ ਜਦੋਂ ਆ ਰਿਹਾ ਹੁੰਦਾ ਹੈ ਨਾ ਉਹ ਦੇਖਦਾ ਹੈ ਵੀ ਇੱਕ ਮਨੁੱਖ ਨੇ ਸਿਰ ਤੇ ਇੱਕ ਲੱਕੜਾਂ ਦੀ ਪੰਡ ਰੱਖੀ ਹੁੰਦੀ ਹੈ ਹੱਥ ਦੇ ਵਿੱਚ ਵੀ ਲੱਕੜਾਂ ਫੜੀਆਂ ਹੁੰਦੀਆਂ ਫਿਰ ਵੀ ਉਹ ਥੱਲੋ ਇਕੱਠਾ ਕਰਦਾ ਵੀ ਲੱਕੜਾਂ ਪਈਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੁੰਦਾ ਉਹ ਵੇਖ ਕੇ ਬੜਾ ਹੈਰਾਨ ਹੁੰਦਾ ਵੀ ਇੰਨੀਆਂ ਲੱਕੜਾਂ ਕੋਲ ਨੇ ਫਿਰ ਵੀ ਥੱਲੋ ਚੁੱਕਦਾ ਪਿਆ ਉਹ ਸ਼ਾਮ ਦਾ ਵੇਲਾ ਹੋ ਗਿਆ ਹੁੰਦਾ ਸੰਤ ਜੀ पास ਆ ਜਾਂਦਾ ਆਕੇ ਨਮਸਕਾਰ ਕਰਦਾ ਤੇ ਸੰਤ ਜੀ ਨੂੰ ਕਹਿੰਦਾ ਸੰਤ ਜੀ ਕਹਿੰਦੇ ਵੀ ਹਾਂਜੀ ਦੱਸੋ ਕੀ ਦੇਖਿਆ ਕਹਿੰਦੇ ਸੰਤ ਜੀ ਆਪਣੇ ਭਰਾਵਾਂ ਦੇ ਸਵਾਲਾਂ ਦਾ ਤੇ ਜਵਾਬ ਮੈਨੂੰ ਨਹੀਂ ਲੱਭਿਆ ਪਰ ਮੈਂ ਇਹ ਵੇਖਿਆ ਸੀ ਵੀ ਇੱਕ ਮਨੁੱਖ ਨੇ ਨਾ ਸਿਰ ਤੇ ਵੱਡੀ ਸਾਰੀ ਪੰਡ ਰੱਖੀ ਸੀ ਲੱਕੜਾਂ ਦੀ ਹੱਥ ਦੇ ਵਿੱਚ ਵੀ ਲੱਕਣਾ ਸਨ ਪਰ ਫਿਰ ਵੀ ਕੋਸ਼ਿਸ਼ ਕਰਦਾ ਪਿਆ ਸੀ ਆਸੇ-ਪਾਸੇ ਲੱਕੜਾਂ ਚੁੱਕਣ ਦੀ ਸੰਤ ਜੀ ਕਹਿੰਦੇ ਫਿਰ ਅਰਥ ਸਹੀਦ ਮੈਨੂੰ ਸਮਝਾਓ ਵੀ ਇਹ ਕੀ ਸੀ ਕਹਿੰਦਾ ਸੰਤ ਜੀ ਇੱਕ ਗੁੰਜਲਦਾਰ ਪਰਸ਼ਣੇ ਮੈਨੂੰ ਇਹਦਾ ਉੱਤਰ ਨਹੀਂ ਪਤਾ ਕਹਿੰਦੀ ਦੇਵ ਸੀ ਉਹ ਵੀ ਇੱਕ ਬੇਜਾਨ ਪੁਤਲਾ ਬਣ ਗਿਆ ਹੁਣ ਕੀ ਸੀ ਹੁਣ ਕਿੰਨੇ ਦਿਨ ਲੰਘੇ ਰਾਜੇ ਨੇ ਆਪਣੇ ਚੌਥੇ ਪਤਨੂ ਭੇਜਿਆ ਨਾਲੇ ਆਪਣੇ ਭਰਾਵਾਂ ਦੀ ਸੁੱਖ ਸੰਦ ਪੁੱਛ ਗਿਆ ਤੇ ਨਾਲੇ ਤੂੰ ਆਪਣੇ ਦੇਸ਼ ਦੇ ਵਿੱਚ ਘੇੜਾ ਮਾਰ ਗਿਆ ਹੁਣ ਉਹ ਵੀ ਸਬਬ ਵੱਜੋਂ ਉੱਥੇ ਆ ਜਾਂਦਾ ਫਿਰ ਉਹ ਵੀ ਪੁੱਛਦਾ ਤੇ ਸੰਤ ਜੀ ਕਹਿੰਦੇ ਉਹ ਸਾਹਮਣੇ ਤੇਰੇ ਭਰਾ ਬੇਜਾਨ ਬਨੇ ਪਏ ਨੇ ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਜੇਕਰ ਤੂੰ ਦੇ ਦੇਂਗਾ ਤੇ ਇਹ ਵੀ ਜਿੰਦਾ ਹੋ ਜਾਣਗੇ ਇਹਨਾਂ ਨੂੰ ਲੈ ਕੇ ਘਰ ਚਲਾ ਜਾਏ ਉਹ ਕਹਿੰਦੇ ਵੀ ਤੁਸੀਂ ਮੈਂ ਪਹਿਲਾਂ ਵੇਖ ਕੇ ਆਵਾਂਗਾ ਤਾਂ ਹੀ ਦੱਸ ਸਕਦਾ ਉਹ ਵੀ ਸਾਧੂ ਕੋਲੋਂ ਉਹ ਕੋੜਾ ਲੈ ਕੇ ਤੇ ਚਲਾ ਜਾਂਦਾ ਜਦੋਂ ਅੱਧ ਰਸਤੇ ਪਹੁੰਚਦਾ ਹੈ ਤੇ ਉਹ ਕੀ ਦੇਖਦਾ ਹੈ ਵੀ ਨਾ ਤਿੰਨ ਖੂਹ ਇੱਕ ਪਾਸੇ ਹੁੰਦੇ ਨੇ ਤਿੰਨ ਖੂਹ ਇੱਕ ਪਾਸੇ ਹੁੰਦੇ ਨੇ ਵਿਚ ਇੱਕ ਖੂਹ ਹੁੰਦਾ ਉਹ ਕੀ ਕਰਦਾ ਹੈ ਵੀ ਜਦੋਂ ਆਸੇ ਪਾਸੇ ਦੇ ਖੂਹ ਖਾਲੀ ਹੋ ਜਾਂਦੇ ਨੇ ਤਾਂ ਉਹ ਵਿਚਲਾ ਇਕੱਲਾ ਖੂਹ ਉਹ ਤਿੰਨ ਇਧਰ ਲਿਖੂਆਂ ਨੂੰ ਤੇ ਤਿੰਨ ਇਧਰ ਲਿਖੂਆਂ ਨੂੰ ਸਾਰਿਆਂ ਨੂੰ ਭਰ ਦਿੰਦਾ ਛਿਆਂ ਦੇ ਛਿਆਂ ਨੂੰ ਪਰ ਜਦੋਂ ਉਹ ਖਾਲੀ ਹੋ ਜਾਂਦਾ ਤਾਂ 6 ਮਿਲ ਕੇ ਵੀ ਉਹ ਇਕੱਲੇ ਖੂਹ ਨੂੰ ਨਹੀਂ ਭਰ ਪਾਉਂਦੇ ਉਹ ਬੜੇ ਹੈਰਾਨੀਜਨਕ ਉਤੇ ਖੜ ਕੇ ਕਿੰਨੀ ਦੇਰ ਦੇਖਦਾ ਰਹਿੰਦਾ ਫਿਰ ਉਹਨੂੰ ਕੁਝ ਸਮਝ ਨਹੀਂ ਆਉਂਦਾ ਤੇ ਉੱਥੋਂ ਆ ਜਾਂਦਾ ਕਿਉਂਕਿ ਸ਼ਾਮ ਦਾ ਸਮਾਂ ਹੋ ਗਿਆ ਹੁੰਦਾ ਹੈ ਸੰਧਿਆ ਦਾ ਸਮਾਂ ਹੋ ਗਿਆ ਹੁੰਦਾ ਆ ਕੇ ਸੰਤ ਜੀ ਨੂੰ ਨਮਸਕਾਰ ਕਰਦਾ ਸੰਤ ਜੀ ਆਪਣੇ ਪਰਾਵਾਂ ਦੇ ਸਵਾਲਾਂ ਦਾ ਤਾਂ ਜਵਾਬ ਨਹੀਂ ਮਿਲਿਆ ਪਰ ਮੈਂ ਜੋ ਦੇਖਿਆ ਮੈਂ ਉਹ ਤੁਹਾਨੂੰ ਦੱਸ ਦੇਣਾ ਕਿੰਦਾ ਸੰਤ ਜੀ ਇੱਕ ਵੱਡਾ ਸਾਰਾ ਖੂਸੀ ਤਿੰਨ ਉਹਦੇ ਦੂਸਰੇ ਪਖੱਬੇ ਪਾਸੇ ਸੀ ਤੇ ਤਿੰਨ ਸੱਜੇ ਪਾਸੇ ਸੀ ਉਹ ਆਸੇ ਪਾਸੇ ਦੇਖੂ ਸੁੱਕ ਗਏ ਵਿਚਲੇ ਨੇ ਉਹਨਾਂ ਸਾਰਿਆਂ ਨੂੰ ਪਰ ਦਿੱਤਾ ਪਰ ਜਦੋਂ ਵਿਚਰਾ ਖਾਲੀ ਹੋਇਆ ਤੇ ਉਹ ਆਸੇ-ਪਾਸੇ ਦੇ ਮਿਲ ਕੇ ਵੀ ਤਿੰਨ ਨੂੰ ਨਾ ਸੱਜੇ ਤੇ ਸੱਜੇ ਦੇ ਮਿਲ ਕੇ ਤੇ ਖੱਬੇ ਦੇ ਮਿਲ ਕੇ ਵਿਚਕਾਰਲੇ ਖੂਨ ਨੂੰ ਨਾ ਭਰ ਸਕੇ। ਭਾਵ ਇੱਧਰਲੇ ਤਿੰਨ ਮਿਲ ਕੇ ਤੇ ਦੂਸਰੇ ਪਾਸੇ ਦੇ ਵੀ ਤਿੰਨ ਮਿਲ ਕੇ 6 ਦੇ 6 ਇੱਕ ਨੂੰ ਨਾ ਭਰ ਸਕੇ। ਫਿਰ ਸੰਤ ਜੀ ਕਿੰਦੇ ਦੱਸੋ ਤੁਹਾਨੂੰ ਇਹ ਸਭ ਤੋਂ ਕੀ ਪਤਾ ਲੱਗਿਆ ਵੀ ਇਹ ਖੂਨ ਨੂੰ ਕਿਉਂ ਨਹੀਂ ਭਰ ਸਕੇ? ਕੋਈ ਕਾਰਨ ਤਾਂ ਹੋਏਗਾ, ਕੋਈ ਅਰਥ ਤਾਂ ਸਮਝ ਆਇਆ ਹੋਏਗਾ। ਕਿੰਦੇ ਸੰਤ ਜੀ ਅਤੇ ਗੁੰਜਰਦਾਲ ਸਵਾਲ ਹੈ ਮੈਨੂੰ ਇਸ ਸਵਾਲ ਦਾ ਅਰਥ ਨਹੀਂ ਪਤਾ। ਕਹਿਣ ਦੀ ਦੇਰ ਸੀ ਉਹ ਵੀ ਇੱਕ ਬੇਜਾਨ ਪਤਲਾ ਬਣ ਗਿਆ। ਹੁਣ ਕਈ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਰਾਜਾ ਖੁਦ ਆਪਣੇ ਪੁੱਤਰਾਂ ਦੀ ਸੁਖ-ਸਾਂਤ ਪੁੱਛਣ ਤੇ ਆਪਣੇ ਨਗਰ ਵਿੱਚ ਦੇਖਣ ਲਈ ਆਉਂਦਾ ਹੈ ਰਾਜਾ ਵੀ ਜਦੋਂ ਆਉਂਦਾ ਤੇ ਉਸੇ ਸਾਧੂ ਕੋਲ ਪਹੁੰਚ ਜਾਂਦੇ ਸਾਧੂ ਨੂੰ ਉਹ ਰਾਜਨ ਪੁੱਛਦੇ ਨੇ ਵੀ ਸਾਧੂ ਜੀ ਵੀ ਤੁਸੀਂ ਇੱਥੇ ਮੇਰੇ ਪੁੱਤਾਂ ਨੂੰ ਤੇ ਦੇਖਿਆ ਜਾਂਦੇ ਹੋ ਉਹਨਾਂ ਕਿਹਾ ਉਹ ਸਾਹਮਣੇ ਝਾਤ ਮਾਰ ਇਹ ਤੇਰੀ ਪੁੱਤ ਨੇ ਉਹਨਾਂ ਕਿਹਾ ਹਾਂ ਮੇਰੇ ਪੁੱਤ ਨੇ ਕਿਹਾ ਫਿਰ ਇਹ ਬੇਜਾਨ ਕਿਉਂ ਹੋਏ ਪੇਨ ਕਿ ਹਾਂ ਮੈਂ ਇਨਾ ਤੋਂ ਸਵਾਲ ਪੁੱਛੇ ਸਨ ਜਿਨ੍ਹਾਂ ਨੂੰ ਜਵਾਬ ਦੇਣ ਲਈ ਇਸ ਅਸਮਤ ਹੋਗੇ ਮੈਂ ਇਹਨਾਂ ਨੂੰ ਕੋੜੇ ਦਿੱਤੇ ਸੀ ਵੀ ਤੁਸੀਂ ਜਾ ਕੇ ਢਾੜ ਮਾਰ ਕੇ ਤੇ ਪਰ ਇਹਨਾਂ ਦੇ ਬਦਲੇ ਤੁਸੀਂ ਜੋ ਵੀ ਵੇਖੋਗੇ ਮੈਨੂੰ ਦੱਸੋਗੇ ਫਿਰ ਅਸਮਤ 3 ਰਾਜਨ ਨੇ ਕਿਹਾ ਸੰਤ ਜੀ ਮੈਨੂੰ ਕੋੜੇ ਨਹੀਂ ਚਾਹੀਦੇ ਤੁਸੀਂ ਪਰਸ਼ਨ ਪੁੱਛੋ ਤੇ ਮੈਂ ਉਹਨਾਂ ਦੇ ਉੱਤਰ ਦਵਾਂਗਾ ਉਹ ਸੰਤ ਜੀ ਕਹਿੰਦੇ ਰਾਜਨ ਪਹਿਲਾ ਇਹ ਸਵਾਲ ਸੀ ਵੀ ਖੇਤ ਨੂੰ ਵਾੜ ਕੀਤੀ ਸੀ ਤੇ ਬਾਅਦ ਚ ਵਾੜ ਹੀ ਆਪਣੇ ਖੇਤ ਨੂੰ ਖਾਣ ਲੱਗੀ ਕਿੰਦੇ ਰਾਜੇ ਨੇ ਕੁਝ ਸਮੇਂ ਜਿਵੇਂ ਲਾਲੋ ਵੀ ਸੋਚਣ ਤੇ ਲਗਾ ਜਿਵੇਂ ਸ਼ਣਵਾਦੀ ਉਹ ਰਾਜਨ ਕਹਿਣ ਲਗਾ ਕਿੰਨਾ ਸਾਧੂ ਜੀ ਇੱਕ ਸਮਾ ਆਏਗਾ ਜਿਸ ਨੂੰ ਕਲਯੁਗ ਕਿਹਾ ਜਾਏਗਾ ਤੁਸੀਂ ਜਿਨ੍ਹਾਂ ਨੂੰ ਆਪਣੀ ਰੱਖਿਆ ਲਈ ਰੱਖੋਗੇ ਉਹੀ ਤੁਹਾਨੂੰ ਖਾਣਗੇ ਸੰਗੀ ਸਾਥੀ ਨੇੜੇ ਹੋ ਕੇ ਤੁਹਾਨੂੰ ਠੱਗਣਗੇ ਤੇ ਨਜ਼ਦੀਕ ਹੀ ਤੁਹਾਨੂੰ ਪਰੇਸ਼ਾਨ ਕਰਨਗੇ ਇਹ ਉਹੀ ਸੀ ਵੀ ਪਹਿਲਾਂ ਵਾਰ ਕੀਤੀ ਸੀ ਤੇ ਫਿਰ ਆਪਣਿਆਂ ਨੂੰ ਹੀ ਖਾਣ ਲੱਗੇ ਇਨੀ ਕੈੰਦੀ ਦੇਰ ਸੀ ਤੇ ਉਹਦਾ ਵੱਡਾ ਪੁੱਤ ਜਿਹੜਾ ਸੀ ਉਹ ਸਹੀ ਹੋ ਗਿਆ। ਅਗੋਂ ਫੇ ਰਾਜਨ ਨੇ ਕਿਹਾ ਰਾਜਨ ਤੇ ਕਹਿੰਦੇ ਵੀ ਮੇਰਾ ਦੂਸਰਾ ਤੁਸੀਂ ਸਵਾਲ ਦੱਸੋ। ਸਾਧੂ ਜੀ ਕਹਿੰਦੇ ਦੂਸਰਾ ਸਵਾਲ ਹੈ ਇੱਕ ਮੱਝ ਸੂਈ ਸੀ ਤੇ ਉਹਨੇ ਕੱਟੀ ਦਿੱਤੀ। ਕੱਟੀ ਛੇਤੀ ਨਾਲ ਖੜੀ ਹੋ ਕੇ ਤੇ ਮੱਝ ਨੂੰ ਦੁੱਧ ਪਿਉਣ ਲੱਗ ਗਈ। ਰਾਜਨ ਨੇ ਫਿਰ ਕੁਛ ਛਣਾ ਛਣਾ ਦਾ ਸਮਾਲਿਆ ਤੇ ਕਹਿਣ ਲੱਗੇ ਸੰਤ ਜੀ ਐਵੇਂ ਦਾ ਸਮਾਂ ਆਵੇਗਾ। ਜੋ ਧੀਆਂ ਨੂੰ ਮਾੜਾ ਕਹਿਣਗੇ ਤੇ ਫਿਰ ਜੋ ਧੀਆਂ ਨੂੰ ਮਾੜਾ ਕਹਿੰਦੇ ਨੇ ਫਿਰ ਧੀਆਂ ਦੀ ਕਮਾਈ ਤੇ ਜੀਵਨ ਬਸਰ ਕਰਨਗੇ ਐਨਾ ਕਹਿਣ ਦਾ ਸਮਾਂ ਹੋਇਆ ਤੇ ਨਾਲ ਦੀ ਨਾਲ ਉਹਦਾ ਦੂਸਰਾ ਪੁੱਤ ਠੀਕ ਹੋ ਗਿਆ ਰਾਜਨ ਨੇ ਕਿਹਾ ਕਿ ਤੀਸਰਾ ਪ੍ਰਸ਼ਨ ਦੱਸੋ ਸਾਧੂ ਜੀ ਜਦੋਂ ਤੀਸਰਾ ਪ੍ਰਸ਼ਨ ਸੰਤ ਜੀ ਨੇ ਕਿਹਾ ਇੱਕ ਮਨੁੱਖ ਦੇ ਸਿਰ ਤੇ ਵੀ ਲੱਕੜਾਂ ਦੀ ਪੰਡ ਹੈ ਹੱਥ ਵਿੱਚ ਵੀ ਲੱਕੜਾਂ ਨੇ ਪਰ ਫਿਰ ਵੀ ਥੱਲੇ ਲੱਕੜਾਂ ਚੁਗਦਾ ਪਿਆ ਤਾਂ ਕੁਛ ਸਮੇਂ ਰਾਜਨ ਚੁੱਪ ਹੋ ਕੇ ਫਿਰ ਨਾ ਕਿਹਾ ਸਾਧੂ ਜੀ ऐसा ਸਮਾਂ ਆਵੇਗਾ ਲੋਕ ਆਪਣੀ ਜਾਇਦਾਦ ਨਾਲ ਕਦੇ ਸੰਤੋਖ ਨਹੀਂ ਕਰਨਗੇ ਉਹ ਦੂਜਿਆਂ ਦਾ ਹੱਕ ਮਾਰਨ ਨੂੰ ਫਿਰਨਗੇ ਆਪਣੇ ਕੋਲ ਬਹੁਤਾ ਹੋਣ ਦੇ ਬਾਵਜੂਦ ਲੋਕਾਂ ਨੂੰ ਠੱਗਣ ਲਈ ਮਿੰਟ ਨਹੀਂ ਲਗਾਉਣਗੇ ਇਮਾਨਦਾਰੀ ਜੇ ਵਿੱਚ ਰੱਖਿਆ ਕਰਨਗੇ ਦੂਜਿਆਂ ਦੀ ਜਾਇਦਾਦ ਖੋਣਗੇ ਦੂਜਿਆਂ ਦੀ ਆਪਣੇ ਕੋਲ ਬਹੁਤਾ ਹੋਣ ਦੇ ਬਾਵਜੂਦ ਵੀ ਦੂਜਿਆਂ ਦੀ ਹਰੇਕ ਚੀਜ਼ ਤੇ ਅੱਖ ਰੱਖਿਆ ਕਰਨਗੇ ਉਹਨਾਂ ਨੂੰ ਆਪਣੇ ਮਸਲਿਆਂ ਨਾਲੋਂ ਜ਼ਿਆਦਾ ਦੂਸਰਿਆਂ ਦੇ ਮਸਲਿਆਂ ਦੀ ਫਿਕਰ ਹੋਏਗੀ ਆਪਣੇ ਘਰ ਦੀ ਛਾਤ ਛੱਡ ਕੇ ਦੂਜਿਆਂ ਦੇ ਲੋਕਾਂ ਦੇ ਘਰਾਂ ਵਿੱਚ ਛਾਤ ਰੱਖਣ ਕਰਨਗੇ ਤੇ ਐਵੇਂ ਦੇ ਲੋਕ ਹਮੇਸ਼ਾ ਤਬਾਹ ਹੋਇਆ ਕਰਨਗੇ। ਪਿੰਨਿਆ ਕੈਂਦੀ ਦੇਸੀ ਤੇ ਉਹ ਜੋ ਮਨੁੱਖ ਦਾ ਉਹ ਰਾਜਨ ਦਾ ਤੀਸਰਾ ਪੁੱਤ ਸੀ ਉਹ ਵੀ ਜਿੰਦਾ ਹੋ ਗਿਆ। ਹੁਣ ਰਾਜਨ ਕਹਿੰਦੇ ਵੀ ਸਾਧੂ ਜੀ ਚੌਥਾ ਪਰਸ਼ਨ ਦੱਸੋ। ਸਾਧੂ ਜੀ ਕਹਿੰਦੇ ਚੌਥਾ ਸੰਪਤ ਕਹਿੰਦੇ ਇੱਕ ਨਾ ਵੇਚ ਖੂਸੀ ਤਿੰਨ ਉਹਦੇ ਸੱਜੇ ਖੂਸੀ ਤੇ ਤੈਨੀਆਂ ਦੇ ਖੱਬੇ ਖੂਸੀ ਇੱਕ ਸਮਾਂ ਆਇਆ ਵੀ ਸਾਰੇ ਖੂ ਖਾਲੀ ਹੋ ਗਏ ਸਿਰ ਵਿਚਲੇ ਚ ਪਾਣੀ ਸੀ ਉਹ ਵਿਚ ਵਾਲੇ ਨੇ ਤਿੰਨ ਜਿਹੜੇ ਸਨ ਸੱਜੇ ਵਾਲੇ ਵੀ ਭਰਤੇ ਤਿੰਨ ਖੱਬੇ ਵਾਲੇ ਵੀ ਭਰਤੇ ਪਰ ਜਦੋਂ ਉਹ ਵਿਚਲਾ ਖੂ ਸੋਕਿਆ ਤੇ ਤਿੰਨੋਂ ਸੱਜੇ ਤੇ ਖੱਬੇ ਮਿਲਾ ਕੇ ਉਹਨੂੰ ਨਾ ਪਾਰ ਸਕੇ ਭਾਵੇਂ ਛੇ ਖੂ ਇੱਕ ਨੂੰ ਨਾ ਪਾਰ ਸਕੇ ਤੇ ਇਹਦਾ ਕੀ ਭਾਵ ਹੈ ਫਿਰ ਰਾਜ ਨੇ ਕੁਝ ਸੁਣਾ ਦਾ ਸਮਾਂ ਲਿਆ ਫਿਰ ਕਹਿੰਦਾ ਸਾਧੂ ਜੀ ਐਵੇਂ ਦਾ ਸਮਾਂ ਆਵੇਗਾ ਜਦੋਂ ਕਿਸੇ ਕਿਸੇ ਦੀਆਂ ਸੱਤ ਔਲਾਦਾਂ ਵੀ ਹੋਣਗੀਆਂ ਇੱਕ ਪਿਓ ਸੱਤ ਔਲਾਦਾਂ ਨੂੰ ਪਾਲ ਸਕਦਾ ਪਰ ਸੱਤ ਇੱਕ ਨੂੰ ਨਹੀਂ ਪਾਲ ਸਕਦੇ ਤੇ ਅੱਜ ਆਪਾਂ ਵੇਖਦੇ ਹਾਂ ਲੋਕ ਆਪਣੇ ਮਾਪਿਆਂ ਨੂੰ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਕਿ ਸਾਡੇ ਤੋਂ ਇਹ ਸਾਂਭੇ ਨਹੀਂ ਜਾਂਦੇ ਇੱਕ ਇਕੱਲਾ ਮਾਪਿਓ ਆਪਣੀ ਔਲਾਦ ਨੂੰ ਪਾਲਣ ਦੀ ਹਿੰਮਤ ਰੱਖਦਾ ਪਰ ਬੱਚੇ ਆਪਣੇ ਮਾਪਿਆਂ ਨੂੰ ਪਾਲਣ ਦੀ ਹਿੰਮਤ ਪਤਾ ਨਹੀਂ ਕਿਉਂ ਨਹੀਂ ਰੱਖਦੇ ਐਵੇਂ ਦੇ ਸਮੇਂ ਤੋਂ ਹਮੇਸ਼ਾ ਬਚਾਵੇ ਰੱਬ ਜਿਵੇਂ ਦੇ ਆਪਾਂ ਆਪਣੇ ਬੱਚਿਆਂ ਨੂੰ ਗੁਣ ਸੰਸਕਾਰ ਦਵਾਵਾਂਗੇ ਨਾ ਉਵੇਂ ਉਹ ਜਦੋਂ ਆਪਣਾ ਬੁਢਾਪਾ ਆਵੇਗਾ ਤੇ ਉਵੇਂ ਦਾ ਵਰਤੀਆ ਆਪਣੇ ਨਾਲ ਕਰਨਗੇ ਜੋ ਅੱਜ ਮਾਪਿਓ ਜਾਂ ਕਹਿ ਲਓ ਵੀ ਆਪਣੇ ਨੂੰਹ ਜਾਂ ਪੁੱਤ ਨਾਲ ਕੋਈ ਮਾੜਾ ਵਤੀਰਾ ਕਰਦਾ ਤਾਂ ਉਹ ਇਹ ਜ਼ਰੂਰ ਸਮਝ ਲੈਣ ਕਿ ਜਦੋਂ ਉਹਨਾਂ ਤੇ ਬੁਢਾਪਾ ਆਵੇਗਾ ਤੇ ਉਹਨਾਂ ਨੇ ਉਹਨਾਂ ਨੂੰ ਸਾਂਭਣਾ ਕਿਹਾ ਜਾਂਦਾ ਹੈ ਨਾ ਵੀ ਜਿਵੇਂ ਪਹਿਲਾਂ ਮੱਛੀਆਂ ਹੁੰਦੀਆਂ ਨੇ ਪਾਣੀ ਵਿੱਚ ਉਹ ਛੋਟੇ-ਛੋਟੇ ਜੀ ਕੀੜੀਆਂ ਮਕੂੜੀਆਂ ਜੋ ਅੰਦਰ ਹੁੰਦਾ ਉਹਨਾਂ ਨੂੰ ਖਾ ਜਾਂਦੇ ਜਦੋਂ ਤਲਾਬ ਸੁੱਕਦਾ ਹੈ ਨਾ ਤਾਂ ਉਹ ਕੀੜੀਆਂ ਹੀ ਮੱਛੀਆਂ ਨੂੰ ਖਾਣ ਲੱਗਦੀਆਂ ਭਾਵ ਇੱਥੇ ਹੀ ਕਰਨਾ ਤੇ ਇੱਥੇ ਹੀ ਭੁਗਤਣਾ ਇਸ ਲਈ ਜੋ ਕਰੋ ਉਹਨੂੰ ਹਮੇਸ਼ਾ ਸੋਚ ਸਮਝ ਕੇ ਕਰੋ ਕਿ ਮੈਂ ਉਹ ਸੈਂਡ ਲਾਈਕ ਹਾਂ